हाँ जी सत श्री अकाल जी, की हाल चाल। वेलकम बैक है जी अपने चैनल पर। तो लैके आए एक थोड़े लिए होर सोहनी जी वीडियो। तो अज आप आ गए हाँ डिलीवरी ड्रॉप करन, पर कहिंदे थोनू वेट करनी पैनी आ। मैं ट्रक लाता ऑलरेडी, कहिंदे हजे डिलीवरी नहीं लैनी, थोनू एक घंटा वेट करनी पैनी आ। तो मैं कहा चलो धुप्प दे लईए नज़ारे। दिन बहुत ज़्यादा सोहना लगे, बहुत दिन बाद धुप्प देखने मिली आ। तो ट्रक का अपना होया पे बुरा हाल, क्योंकि कल बहुत ज़्यादा स्नो पै रही सी। स्नो पैन का करके फिर जितों की ट्रक निकलिया तो बुरा हाल होया पा। दिन सोहना लगे, देखा वाश करावे जो टाइम लग्या। तो हाँ जी बसा देखो कितनी सोहनिया सोहनिया है। ये चल दया मे बी शायद कैलगरी तो जिदा सरी हो गया, जां टोरंटो वगैरह हो गया। तो अज मे बी शायद इन्हों का कोई होना ऑफ त करके खड़िया हुई। तो मैं एक चीज़ नोट की है, पहली बार देखो जी विंडशील्ड हैगी किड्डी हैगी। तो उपर भी वाइपर लगे हुए, तो थले भी वाइपर लगे हुए, चार वाइपर पहली बार देखे मैं लगे हुए। हम आप चकना गया लोड, ये डॉग अपन ऑलरेडी उन्होंने प्रोवाइड करती। आप ट्रक अपना डॉग से बैग लाया हुआ है, तो लोडिंग चल रही है, पर ला देंगे दो तो ढाई घंटे ला दें लोड करने। तो उन्ना टाइम आप वेट करते हैं। तो बत्ती जी है स्टैल रेड हैगी डॉग वाली, जो ग्रीन होगी उस बाद आप डोरा करें क्लोज से चलेंगे ऑन द वे। बत्ती देखो तुम रेड हैगी हजे, और सामने बत्ती जी है रेड, जो बत्ती होगी ग्रीन तो फिर आप चलेंगे वापस। बत्ती आई स्टैल रेड हैगी, डील चौक लगे वो कट देना, क्या प्लेट जी है गोरे कहना स्टक हो गई। तो मैं लो जी डोर करती आप क्लोज, तो सी लाती उद्दून आप ट्रक नहीं लैके जा सकते, उन्होंने अपनी सील दी। तो हम आप कर दिया माड़ी जी पीटीआई सीसी चेक मार दे, उद्दू बाद आप चलेंगे बस। वीर खड़ा ले जाला,
ਇਹ ਆ 53 ਫੁੱਟ ਦੋ ਟ੍ਰੇਲਰ ਜੁੜੇ ਹੋਏ ਆ ਜਿਹੜੇ ਲੰਮੇ ਰੂਟਾਂ ਤੇ ਚੱਲਦੇ ਆ ਜਿੱਥੇ ਜ਼ਿਆਦਾ ਮੋੜ ਘੋੜ ਨਹੀਂ ਹੁੰਦੇ, ਸਾਰੇ ਲੇਜ ਦੇ ਭਰੇ ਹੋਏ ਆ ਦੇਖੋ। ਤਾਂ ਪੰਪ ਬਹੁਤ ਵਧੀਆ ਪੰਪ ਹੈਗਾ ਇੱਥੇ, ਪਾਰਕਿੰਗਾਂ ਬਹੁਤ ਜ਼ਿਆਦਾ ਹੈਗੀਆਂ, ਕੋਈ ਦਿੱਕਤ ਨਹੀਂ ਹੈਗੀ ਪਾਰਕਿੰਗਾਂ ਦੀ, ਜਦੋਂ ਮਰਜ਼ੀ ਆਓ ਇੱਥੇ ਟਰੱਕਾਂ ਦਾ ਸਟੋਪ ਕਰੋ, ਆਪਦਾ ਟੈਮ ਹੋਟਲ ਬਣਿਆ ਹੋਇਆ, ਚਾਹ ਪੀਓ ਆਪਦੀ, ਬਰਗਰ ਖਾਓ। ਤਾਂ ਆਪਾਂ ਚੱਲਦੇ ਹਾਂ ਹੁਣ ਬਰਗਰ ਚੱਕਣ, ਨਾਲ ਹੀ ਚੱਕਾਂਗੇ ਆਪਾਂ ਟੈਮ ਤੋਂ ਚਾਹ। ਬ੍ਰੇਕ ਚੈੱਕ ਤੇ ਇਦੋਂ ਬਾਅਦ ਡਾਊਨ ਹਿੱਲ ਪੈਣੀ, ਉਹ ਫਿਰ ਆਪਾਂ ਨੂੰ ਬ੍ਰੇਕ ਚੈੱਕ ਕਰਨੇ ਪੈਂਦੇ ਵੀ ਬ੍ਰੇਕ ਆਪਣੇ ਜਿਹੜੇ ਹੈਗੇ ਪ੍ਰੋਪਰ ਟਰੱਕ ਦੇ ਲੱਗਦੇ ਪਏ ਕਿ ਨਹੀਂ। ਤਾਂ ਜਿੱਥੇ ਵੀ ਹੈਗਾ ਆਹ ਇੰਨਾ ਕੁ ਸਪੋਟ ਦਿੱਤਾ ਹੁੰਦਾ ਟਰੱਕ ਖੜਾਉਣ ਨੂੰ, ਇੱਥੇ ਆਪਾਂ ਬ੍ਰੇਕ ਚੈੱਕ ਕਰਾਂਗੇ। ਬ੍ਰੇਕ ਚੈੱਕ ਕਰਨ ਤੋਂ ਬਾਅਦ ਫਿਰ ਡਾਊਨ ਹਿੱਲ ਉਤਰਨਾ ਹੈ, ਡਾਊਨ ਹਿੱਲ ਉਤਰਨ ਤੋਂ ਬਾਅਦ ਜਾਵਾਂਗੇ ਆਪਾਂ ਰਿਵਰ ਸਟੋਕ, ਉਦੋਂ ਬਾਅਦ ਹੀ ਅਪਡੇਟ ਦੇਵਾਂਗੇ। ਇੱਧਰ ਦੇਖੋ ਸਨੋਹ ਪਈ ਕਿੰਨੀ ਕਿੰਨੀ ਕੋਠੀ ਦਿੱਤੇ, ਘੱਟੋ ਘੱਟ 3-3 ਫੁੱਟ ਉੱਤੇ ਪਈ ਹੋਈ। ਇੱਕ ਪਾਸੇ ਦੇਖੋ ਟ੍ਰੇਨ ਚੱਲਦੀ ਕਿੰਨੀ, ਆਹ ਲੇਕ ਆ ਜਿਹੜੀ ਵਿੱਚ ਹੈਗੀ ਜੰਮੀ ਸਾਰੀ ਫਰੀਜ਼ ਹੋਈ ਵੀ ਆ ਸਨੋਹ ਦੇ ਨਾਲ, ਉੱਪਰ ਉੱਪਰ ਸਨੋਹ ਆ, ਥੱਲੇ ਫਰੀਜ਼ ਹੋਈ ਵੀ ਆ, ਅਤੇ ਤੁਸੀਂ ਲਓ ਡਾਊਨ ਹਿੱਲ ਦੇ ਨਜ਼ਾਰੇ ਆ। ਆਪਣੀ ਹੋ ਗਈ ਆ ਲੰਚ ਬ੍ਰੇਕ, ਆਪਾਂ ਆਏ ਹੁਣ ਸਿੱਕਾ ਮੂਸ। ਆਹ ਦੇਖੋ ਸਾਰਾ ਜਿਹੜਾ ਗਰਾਊਂਡ ਹੈਗਾ ਗੋਲਫ ਦਾ ਗਰਾਊਂਡ ਆ, ਇਹ ਹਜੇ ਘਾਹ ਸੁੱਕਾ ਪਿਆ ਏ, ਸਮਰ ਆ ਗਈ, ਜਿਹੜਾ ਇਹ ਘਾਹ ਹੈਗਾ ਹਰਾ ਹੋ ਜਾਣਾ ਫਿਰ ਇੱਥੇ ਗੋਲਫ ਖੇਡਦੇ ਆ। ਉੱਚੇ ਉੱਚੇ ਪਹਾੜ ਆ ਦੇਖੋ, ਉਹ ਮੇਰੇ ਵੀਰ ਨੇ ਟ੍ਰੇਲਰ ਆਨ ਹੁੱਕ ਕੀਤਾ ਏ, ਇਹਦਾ ਟ੍ਰੇਲਰ ਕੋਈ ਸਵਿੱਚ ਕਰਕੇ ਲੈ ਕੇ ਜਾਊਗਾ। ਦੇਖੋ ਆਈਸ ਜੰਮੀ ਹੋਈ ਵੀ ਆ ਅਤੇ ਟੈਂਪਰੇਚਰ ਪਲੱਸ ਦੇ ਵਿੱਚ ਆ ਗਿਆ, ਪਲੱਸ ਦੇ ਹੁਣ ਕਰਕੇ ਹੁਣ ਮੈਲਟ ਹੋਈ ਜਾਂਦੀ ਆ, ਬੁਰਾ ਹਾਲ ਹੋਇਆ ਪਿਆ। ਟ੍ਰੇਲਰ ਦਾ ਕੈਮੀਕਲ ਪਾਏ ਹੋਏ ਆ, ਤਾਂ ਦੇਖੋ ਚਿੱਟਾ ਚਿੱਟਾ ਜਿਹੜਾ ਲੱਗਦਾ ਪਿਆ ਸਾਰਾ ਇਹ ਸਨੋਹ ਦਾ ਕਰਕੇ। ਹਾਂਜੀ ਆਪਾਂ ਆ ਗਏ ਆ ਸਭ ਤੋਂ ਉੱਚੀ ਹਿੱਲ 'ਤੇ, ਜਿਹਦਾ ਨਾਂ ਹੈਗਾ ਕੋਕਾ ਹਿੱਲ, ਜਿਹੜੀ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਦੇ ਹੋ। ਇਹ ਜਿਹੜਾ ਹੈਗਾ ਬ੍ਰੇਕ ਚੈੱਕ ਏਰੀਆ ਹੈਗਾ, ਆਪਾਂ ਇੱਥੋਂ ਬ੍ਰੇਕ ਚੈੱਕ ਕਰਦੇ ਹਾਂ ਆਪਦੇ ਟਰੱਕ ਦੇ ਵੀ ਬ੍ਰੇਕ ਪ੍ਰੋਪਰ ਲੱਗਦੇ ਪਏ ਜਾਂ ਨਹੀਂ ਲੱਗਦੇ ਪਏ, ਉਸ ਤੋਂ ਬਾਅਦ ਆਪਾਂ ਡਾਊਨ ਹਿੱਲ ਉੱਧਰ ਨੂੰ ਉਤਰਨਾ ਹੈਗਾ। ਤਾਂ ਆਪਾਂ ਹੁਣ ਇੱਥੇ ਬ੍ਰੇਕ ਚੈੱਕ ਕਰਾਂਗੇ, ਉਦੋਂ ਬਾਅਦ ਆਪਾਂ ਡਾਊਨ ਹਿੱਲ ਉਤਰਾਂਗੇ, ਉਸ ਤੋਂ ਬਾਅਦ ਜਾਵਾਂਗੇ ਹੋਪ ਤੋਂ ਆਪਾਂ ਚਿਲਾ ਬੈਕ ਐਪ ਸਪੋਰਟ, ਅਤੇ ਫਿਰ ਆਪਾਂ ਸਰੀ ਪਿੰਡ ਜਾਵਾਂਗੇ। ਤਾਂ ਇੱਧਰ ਤੁਸੀਂ ਸਨੋਹ ਦੇ ਢੇਰ ਦੇਖੋ ਲੱਗੇ ਹੋਏ, ਕਿਆ ਹੋਇਆ ਦੇਖੋ, ਸਭ ਤੋਂ ਉੱਚੀ ਹਿੱਲ ਆ ਇਹ, ਸਭ ਤੋਂ ਉੱਚੀ ਹਿੱਲ ਆ ਜਿਹਦੇ ਗਰਮੀਆਂ ਦੇ ਵਿੱਚ ਵੀ ਸਨੋਹ ਪੈਂਦੀ ਰਹਿੰਦੀ ਆ। ਦੇਖੋ ਸਨੋਹ ਦੇ ਪਹਾੜ ਬਣੇ ਹੋਏ ਵੇ, ਆਹ ਜਿੰਨੇ ਵੀ ਲੱਗੇ ਹੋਏ ਘੱਟੋ ਘੱਟ 15-15 ਫੁੱਟ ਉੱਚੇ ਜਿਹੜੇ ਹੈਗੇ ਆ ਸਨੋਹ ਦੇ ਢੇਰ ਲੱਗੇ ਹੋਏ, ਦੇਖੋ ਉਹ ਸਾਰਾ ਸਨੋਹ ਪਾਸੇ ਕੀਤੀ ਹੋਈ ਹੈ। ਅੱਜ ਦਿਨ ਵਧੀਆ ਹੈਗਾ ਇੱਥੇ ਧੁੱਪਾ, ਆਹ ਟਰੱਕ ਜਿੰਨੇ ਵੀ ਹੈਗੇ ਸਾਰਿਆਂ ਨੇ ਬ੍ਰੇਕ ਚੈੱਕ ਕਰਕੇ ਆਪਦਾ ਇੱਥੋਂ ਡਾਊਨ ਹਿੱਲ ਉਤਰਨਾ ਹੈ।
ਤਾਂ ਹੁਣ ਸਮਰ ਆ ਚੁੱਕੀ ਆ। ਸਮਰ ਆਉਣ ਦਾ ਕਰਕੇ ਹੁਣ ਸਾਰੇ ਜਿਹੜੇ ਹੈਗੇ ਲੇਕਾਂ ਵਗੈਰਾ ਦੇ ਸਭ ਜਾਣਗੇ। ਤਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ, ਗੋਰਿਆਂ ਨੇ ਤਿਆਰੀ ਖਿੱਚਤੀ ਕਰਤੀ ਸਟਾਰਟ ਆਪਣੇ ਸਮਰ ਦੀ। ਤਾਂ ਉਹਨਾਂ ਨੇ ਆਪਣੀਆਂ ਕਿਸ਼ਤੀਆਂ ਜਿਹੜੀਆਂ ਹੈਗੀਆਂ ਖੁੱਲੀਆਂ ਕੱਢ ਬਾਹਰ ਲੱਗ ਕੇ ਆਪਦੀ ਸਰਵਿਸ ਵਗੈਰਾ ਕਰਨ। ਪ੍ਰੋਪਰ ਦੇਖੋ ਜੇ ਸਪੀਕਰ ਲੱਗੇ ਹੋਏ, ਇੱਕ ਇੱਧਰ ਸਪੀਕਰ ਲੱਗਿਆ, ਇੱਧਰ ਲੱਗਿਆ। ਜੇ ਤੁਸੀਂ ਆਪਣਾ ਕੋਈ ਵੀ ਗਾਣੇ ਇੰਜੋਏ ਕਰਨੇ, ਮਿਊਜ਼ਿਕ ਇੰਜੋਏ ਕਰਨਾ, ਅਟੈਚ ਕਰੋ ਆਪਣੇ ਮੋਬਾਈਲ ਦੇ ਨਾਲ। ਤਾਂ ਪ੍ਰੋਪਰ ਜਿਹੜੀ ਇਹ ਕਿਸ਼ਤੀ ਓਪਰੇਟ ਕਿੱਦਾਂ ਕਰਦੀ, ਸਿਰਫ ਇੱਕ ਛੋਟਾ ਜਿਹਾ ਸਿਸਟਮ ਹੈਗਾ ਪਿੱਛੇ ਲੱਗਿਆ ਹੋਇਆ, ਇਹਨਾਂ ਨੇ ਕਵਰ ਕੀਤਾ ਹੋਇਆ ਵਾ। ਤਾਂ ਇਹਦੇ ਬਲੇਡ ਹੁੰਦੇ ਜਿਹਨੂੰ ਆਪਾਂ ਫਰ ਕਹਿ ਦਿੰਦੇ ਹਾਂ, ਇਹ ਘੁੰਮਦੇ ਹੈਗੇ ਆ। ਘੁੰਮਣ ਦੇ ਕਰਕੇ ਜਿਹੜੀ ਕਿਸ਼ਤੀ ਅੱਗੇ ਪੁਸ਼ ਹੁੰਦੀ ਆ ਉਹਦੇ ਨਾਲ ਚੱਲਦੀ ਆ। ਤਾਂ ਇੱਥੇ ਪਾਉਂਦੇ ਆ ਇਹ ਕੁੰਡੀ। ਕੁੰਡੀ ਪਾਉਣ ਤੋਂ ਬਾਅਦ ਇਸ ਹੈਂਡਲ ਲੱਗਿਆ ਹੋਇਆ, ਹੈਂਡਲ ਨੂੰ ਇਹਨੂੰ ਇੱਦਾਂ ਕਰਕੇ ਗੇੜ ਕੇ ਤਾਂ ਜਿਹੜੀ ਕਿਸ਼ਤੀ ਹੈਗੀ ਆਪਣੇ ਆਪ ਉੱਪਰ ਸਕੰਜੇ 'ਤੇ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਇਹਨੂੰ ਟਾਈ ਕਰਕੇ ਜਿੱਥੇ ਵੀ ਲੈ ਕੇ ਜਾਣਾ ਹੁੱਕ ਕਰਕੇ ਲੈ ਕੇ ਜਾਂਦੇ ਆ। ਆ ਗਿਆ ਅੱਜ ਲੋਡ ਲਾਉਣ ਰੈਜੀਮੈਂਟ ਦੇ ਵਿੱਚ। ਅਤੇ ਇੱਥੇ ਆਪਾਂ ਨੂੰ ਪੇਪਰ ਵਰਕ ਮੈਂਬਰ ਦਿਆਂਦਾ ਉਹਨਾਂ ਨੂੰ, ਅਤੇ ਆਪਾਂ ਨੂੰ ਉਹਨਾਂ ਨੇ ਵੇਟ ਕਰਨ ਨੂੰ ਕਿਹਾ ਕਿ ਵੇਟ ਕਰਨੀ ਪੈਣੀ ਆ। ਨੰਬਰ ਉਹਨਾਂ ਨੇ ਮੇਰਾ ਲੈ ਲਿਆ ਅਤੇ ਮੈਨੂੰ ਰਿੰਗ ਕਰ ਦੇਣਗੇ। ਉਦੋਂ ਬਾਅਦ ਆਪਾਂ ਜਿਹੜੇ ਵੀ ਡੋਰ 'ਤੇ ਕਹਿਣਗੇ ਆਪਾਂ ਉਹਦੇ ਬੈਕ ਕਰ ਦੇਣਾ। ਫਾਈਨਲੀ ਆਪਣਾ ਨੰਬਰ ਆ ਗਿਆ ਡੋਰ 'ਤੇ ਬੈਕ ਲਾਉਣ ਦਾ। ਆਪਾਂ ਟਰੱਕ ਡੋਰ ਨੰਬਰ 1 ਤੇ ਬੈਕ ਲਾਤਾ ਅਤੇ ਹੁਣ ਔਫਲੋਡ ਕਰਦੇ ਪਏ ਆ। ਦੇਖੋ ਕਿੰਨਾ ਟਾਈਮ ਲਾਉਂਦੇ ਆ, ਕਿਉਂਕਿ ਕਹਿ ਰਹੇ 2-3 ਘੰਟੇ ਲੱਗਣਗੇ ਔਫਲੋਡ ਕਰਨ ਨੂੰ। ਉਹ ਇੱਕ ਮੇਰਾ ਵੀਰ ਹੈਗਾ ਬੈਕ ਲਾਈ ਜਾਂਦਾ ਏ, ਉਹਨੇ ਡੋਰ ਨੰਬਰ 2 ਤੇ ਬੈਕ ਲਾਉਣਾ ਏ। ਉਦੋਂ ਬਾਅਦ ਔਫਲੋਡ ਕਰਕੇ ਫਿਰ ਚੱਲਾਂਗੇ ਆਪਾਂ ਵਾਪਸ। ਕਈ ਵਾਰ ਜਗ੍ਹਾ ਭੀੜੀ ਹੁੰਦੀ ਆ ਤਾਂ ਥੋੜ੍ਹਾ ਬੈਕ ਲਾਉਣਾ ਔਖਾ ਹੋ ਜਾਂਦਾ। ਉਹ ਮੇਰਾ ਵੀਰ ਬੈਕ ਲਾਈ ਜਾਂਦਾ, ਉਹਨੂੰ ਕਾਫੀ ਟਾਈਮ ਹੋ ਗਿਆ ਬੈਕ ਲਾਈ ਨੂੰ, ਕਿਉਂਕਿ ਅੱਗੇ ਜਗ੍ਹਾ ਘੱਟ ਹੈਗੀ ਆ, ਟ੍ਰੇਲਰ ਲੰਬੇ ਹੋ ਜਾਂਦੇ ਆ।